ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਮੇਰੇ ਵੱਲੋਂ। ਮੈਂ ਪ੍ਰਭਜੋਤ ਸਿੰਘ, ਵਾਸੀ ਪਿੰਡ ਪੰਡੋਰੀ ਹਜੂਰ, ਜ਼ਿਲ੍ਹਾ ਹੁਸ਼ਿਆਰਪੁਰ ਦਾ। ਤਕਰੀਬਨ 25 ਤੋਂ 30 ਸਾਲ ਹੋ ਗਏ ਸਾਨੂੰ ਆਲੂਆਂ ਦੀ ਖੇਤੀ ਕਰਦੇ ਹੋਏ ਆ। ਪਿਛਲੇ 10 ਕੁ ਸਾਲਾਂ ਤੋਂ ਅਸੀਂ ਜੋ ਘਰੜਾ ਕੰਪਨੀ ਦੀ ਚਮਤਕਾਰ ਦਵਾਈ ਹੁੰਦੀ ਹੈ ਉਹ ਵਰਤਦੇ ਹਾਂ ਆਲੂਆਂ ਦੇ ਉੱਤੇ। ਜਦੋਂ ਆਲੂਆਂ ਦੀ ਗਰੋਥ ਕੋਈ 40 ਤੋਂ 45 ਦਿਨ ਦੇ ਵਿੱਚ ਹੋ ਗਈ ਹੁੰਦੀ ਹੈ ਅਤੇ ਕਾਫੀ ਵਧੀਆ ਰਿਜ਼ਲਟ ਮਿਲੇ ਨੇ ਸਾਨੂੰ ਇਸਦੇ ਨਾਲ ਪੈਦਾਵਾਰ ਨੂੰ ਵੀ ਕਾਫੀ ਅਸਰ ਪਿਆ ਹੈ। ਤਕਰੀਬਨ ਇਹ ਅੱਜ 65 ਦਿਨ ਦੇ ਆਲੂਆਂ ਦੀ ਅਸੀਂ ਪਟਾਈ ਕਰ ਰਹੇ ਹਾਂ ਅਤੇ ਇਹ ਕੋਈ 25 ਕੁ ਬੋਰੇ ਪਰ ਕਨਾਲ ਦੇ ਐਵਰੇਜ ਆ ਰਹੀ ਹੈ ਮੈਨੂੰ ਅਤੇ ਮੈਨੂੰ ਲੱਗਦਾ ਕਿ ਇਸ ਦੇ ਨਾਲ ਕਾਫੀ ਵਾਧਾ ਹੋਇਆ। ਕਈ ਵਾਰੀ 400 ਵੀ ਵਰਤੋਂ ਕੀਤੀ ਹੈ ਜੇ ਥੋੜ੍ਹੀ ਜਿਹੀ ਲੇਟ ਹੋ ਜਾਵੇ ਸਪਰੇ ਤਾਂ, ਪਰ ਜੋ ਬੈਸਟ ਰਿਜ਼ਲਟ ਹੈ ਉਹ ਤਕਰੀਬਨ 40 ਤੋਂ 45 ਦਿਨ ਦੇ ਅੰਦਰ ਵਰਤਣ 'ਤੇ ਹੀ ਮਿਲਦਾ ਅਤੇ ਉਸ ਤੋਂ ਬਾਅਦ ਘੱਟੋ ਘੱਟ 20 ਦਿਨ ਦਾ ਟਾਈਮ ਪੀਰੀਅਡ ਚਾਹੀਦਾ ਸਪਰੇ ਕਰਨ ਤੋਂ ਬਾਅਦ। ਸਭ ਤੋਂ ਵਧੀਆ ਜਿਹੜੀ ਚੀਜ਼ ਲੱਗੀ ਉਹ ਇਹ ਹੈ ਵੀ ਇਹਦੇ ਵਿੱਚ ਗੋਲੀ ਦੀ ਮਾਤਰਾ ਘੱਟ ਜਾਂਦੀ ਹੈ, ਆਲੂ ਦਾ ਸਾਈਜ਼ ਮੇਨਟੇਨ ਹੋ ਜਾਂਦਾ ਵੀ ਇੱਕ ਸਾਈਜ਼ ਦੀ ਫਸਲ ਨਿਕਲਦੀ ਹੈ, ਜਿਹਦੇ ਕਰਕੇ ਥੋੜ੍ਹਾ ਜਿਹਾ ਰੇਟ ਵੀ ਵਧੀਆ ਮਿਲ ਜਾਂਦਾ ਅਤੇ ਝਾੜ ਨੂੰ ਅਤੇ ਉਹਦੇ ਨਾਲ ਫਰਕ ਪੈਣਾ।